ਮੇਰੇ ਪਿਆਰਿਓ, ਪ੍ਰਭੂ ਯੇਸੂ ਦੇ ਨਾਂ 'ਚ ਤੁਹਾਡਾ ਸਵਾਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਖੁਸ਼ ਅਤੇ ਆਨੰਦ ਹੋ। ਪਰਮੇਸ਼ਰ ਹਰ ਦਿਨ ਸਾਡੇ ਨਾਲ ਇਸ ਲਈ ਗੱਲਾਂ ਕਰਦਾ ਹੈ ਤਾਂ ਕਿ ਅਸੀਂ ਖੁਸ਼ ਅਤੇ ਆਨੰਦ ਰਹਿ ਸਕੀਏ। ਪਰਮੇਸ਼ਰ ਕੀ ਕਹਿੰਦਾ ਹੈ ਕਿ ਮੇਰੇ ਬੇਟੇ, ਮੇਰੀ ਬੇਟੀ, ਮੈਂ ਹਰ ਦਿਨ ਤੁਹਾਡੇ ਨਾਲ ਚੱਲਦਾ ਹਾਂ, ਇਸ ਲਈ ਤੁਸੀਂ ਕਦੇ ਚਿੰਤਾ ਨਹੀਂ ਕਰਨੀ ਹੈ ਅਤੇ ਦੁਖੀ ਨਹੀਂ ਹੋਣਾ ਹੈ। ਮੈਂ ਹਰ ਦਿਨ ਤੁਹਾਡੇ ਦੁੱਖਾਂ ਅਤੇ ਮੁਸੀਬਤਾਂ ਨੂੰ ਵੇਖਦਾ ਹਾਂ। ਕਈ ਵਾਰ ਅਸੀਂ ਸੋਚਦੇ ਹਾਂ ਕਿ ਪਰਮੇਸ਼ਰ ਕਿਤੇ ਬਹੁਤ ਦੂਰ ਬੈਠਾ ਹੈ। ਇਸ ਤਰ੍ਹਾਂ ਨਹੀਂ ਹੈ। ਪਰਮੇਸ਼ਰ ਹੱਥਾਂ ਦੇ ਬਣਾਏ ਹੋਏ ਮੰਦਰਾਂ 'ਚ ਵਾਸ ਨਹੀਂ ਕਰਦਾ ਹੈ, ਬਾਈਬਲ ਵਿੱਚ ਇਸੇ ਤਰ੍ਹਾਂ ਲਿਖਿਆ ਹੈ। ਤਾਂ ਫਿਰ ਉਹ ਕਿੱਥੇ ਵਾਸ ਕਰਦਾ ਹੈ? ਜੀ ਹਾਂ, ਉਹ ਸਾਡੇ ਅੰਦਰ, ਸਾਡੇ ਦਿਲ ਵਿੱਚ ਵਾਸ ਕਰਦਾ ਹੈ। ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਹੀ ਹੈ, ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੈ। ਪਰਮੇਸ਼ਰ ਦੇ ਬਾਰੇ ਪ੍ਰਚਾਰ ਸੁਣਨ ਲਈ, ਪਰਮੇਸ਼ਰ ਦੀ ਆਰਾਧਨਾ ਕਰਨ ਲਈ ਤੁਸੀਂ ਕਿਤੇ ਵੀ ਜਾ ਸਕਦੇ ਹੋ। ਲੇਕਿਨ ਪਰਮੇਸ਼ਰ ਵਾਸ ਕਿੱਥੇ ਕਰਦਾ ਹੈ? ਤੁਹਾਡੇ ਦਿਲ ਵਿੱਚ। ਜਿਹੜੇ ਘਰ 'ਚ ਰਹਿੰਦੇ ਹੋ, ਪਰਮੇਸ਼ਰ ਉਸ ਘਰ ਵਿੱਚ ਵਾਸ ਕਰਦਾ ਹੈ। ਇਸ ਲਈ ਅਸੀਂ ਹਰ ਦਿਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਣਾ ਹੈ ਅਤੇ ਉਸ ਅੱਗੇ ਦੁਆ ਪ੍ਰਾਰਥਨਾ ਕਰਨੀ ਹੈ। ਸਫ਼ਨੀਆ 3 ਅਧਿਆਏ ਉਸ ਦੀ 20 ਆਇਤ ਕਹਿੰਦੀ ਹੈ, ਮੈਂ ਤੁਹਾਨੂੰ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ। ਯਹੋਵਾ ਦਾ ਇਹੋ ਵਾਕ ਹੈ, ਮੇਰੇ ਬੇਟੇ, ਮੇਰੀ ਬੇਟੀ, ਮੈਂ ਇਹ ਕਰਾਂਗਾ। ਮੇਰੀ ਬੇਟੀ, ਮੈਂ ਤੇਰੇ ਨਾਮ ਨੂੰ ਪ੍ਰਸ਼ੰਸਾ ਠਹਿਰਾਵਾਂਗਾ। ਕੀ ਤੁਸੀਂ ਇਹ ਕਹਿੰਦੇ ਹੋ ਕਿ ਪ੍ਰਭੂ ਸਭ ਮੇਰੇ ਵੱਲ ਵੇਖ ਕੇ ਮੇਰਾ ਮਜ਼ਾਕ ਉਡਾਉਂਦੇ ਹਨ, ਮੇਰੀ ਨਿੰਦਾ ਕਰਦੇ ਹਨ, ਅਪਮਾਨ ਕਰਦੇ ਹਨ? ਤਾਂ ਪਰਮੇਸ਼ਰ ਕਹਿੰਦਾ ਹੈ, ਸਭ ਲੋਕਾਂ ਦੇ ਸਾਹਮਣੇ ਮੈਂ ਤੈਨੂੰ ਉੱਚੇ ਸਥਾਨ ਉੱਤੇ ਬਿਠਾਵਾਂਗਾ। ਕਈ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੇਵਕਾਈ ਲਈ ਕਿਸੇ ਦੇਸ਼ ਵਿੱਚ ਗਿਆ ਅਤੇ ਇੱਕ ਨੌਜਵਾਨ ਹਰ ਜਗ੍ਹਾ ਜਿੱਥੇ ਵੀ ਸਭਾ ਹੁੰਦੀ ਸੀ ਆ ਕੇ ਮੇਰੇ ਸਾਹਮਣੇ ਬੈਠ ਜਾਂਦਾ ਸੀ। ਕਈ ਵਾਰ ਬਹੁਤ ਦੂਰ ਸਭਾ ਹੁੰਦੀ ਸੀ ਅਤੇ ਉਹ ਆਪਣੇ ਕੰਮ ਨੂੰ ਜਲਦੀ ਜਲਦੀ ਖਤਮ ਕਰਕੇ ਅਤੇ ਲੰਮੀ ਯਾਤਰਾ ਕਰਕੇ ਉਸ ਸਭਾ ਵਿੱਚ ਪਹੁੰਚ ਜਾਂਦਾ ਸੀ। ਮੈਂ ਉਸ ਨੌਜਵਾਨ ਨੂੰ ਪੁੱਛਿਆ ਕਿ ਜਿੱਥੇ ਕਿਤੇ ਸਭਾ ਹੁੰਦੀ ਹੈ ਤੂੰ ਸਭ ਤੋਂ ਪਹਿਲਾਂ ਉੱਥੇ ਪਹੁੰਚ ਜਾਂਦਾ ਹੈ। ਉਸਨੇ ਕਿਹਾ ਕਿ ਮੈਂ ਯੇਸੂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਉਸਦੇ ਬਾਰੇ ਹੋਰ ਜਾਣਨ ਲਈ ਮੈਂ ਇੰਨੀ ਦੂਰ ਦੂਰ ਤੱਕ ਚਲਾ ਜਾਂਦਾ ਹਾਂ। ਮੈਂ ਪੁੱਛਿਆ ਕਿ ਇਸ ਪ੍ਰੇਮ ਦਾ ਕਾਰਨ ਕੀ ਹੈ? ਉਸਨੇ ਕਿਹਾ ਕਿ ਮੈਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹਾਂ, ਮੈਂ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਹਾਂ। ਮੇਰਾ ਦੋਸਤ ਇਸ ਦੇਸ਼ 'ਚ ਰਹਿੰਦਾ ਹੈ, ਉਸਨੇ ਹੀ ਮੈਨੂੰ ਇੱਥੇ ਬੁਲਾਇਆ। ਉਸਨੇ ਕਿਹਾ ਕਿ ਇੱਥੇ ਤੈਨੂੰ ਕੋਈ ਕੰਮ ਮਿਲ ਜਾਏਗਾ ਅਤੇ ਕੰਮ ਵਾਸਤੇ ਵੀਜ਼ਾ ਲੈ ਕੇ ਮੈਂ ਇੱਥੇ ਆ ਗਿਆ। ਅਤੇ ਉਹ ਜੋ ਵੀਜ਼ਾ ਸੀ ਉਸਦਾ ਸਮਾਂ ਸੀ ਸਿਰਫ 3 ਮਹੀਨੇ। ਜੇਕਰ 3 ਮਹੀਨਿਆਂ 'ਚ ਕੰਮ ਮਿਲਦਾ ਤਾਂ ਮੈਂ ਇੱਥੇ ਰਹਿ ਸਕਦਾ ਸੀ, ਨਹੀਂ ਤਾਂ ਪਿੰਡ ਵਾਪਸ ਜਾਣਾ ਸੀ। ਮੈਂ ਜਗ੍ਹਾ ਜਗ੍ਹਾ ਜਾ ਕੇ ਬਹੁਤ ਕੰਮ ਲੱਭਿਆ ਲੇਕਿਨ ਕਿਤੇ ਵੀ ਮੈਨੂੰ ਕੰਮ ਨਹੀਂ ਮਿਲਿਆ ਅਤੇ ਸਮਾਂ ਬਹੁਤ ਹੀ ਥੋੜ੍ਹਾ ਰਹਿ ਗਿਆ ਸੀ ਅਤੇ ਮੈਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਲੱਗਾ ਕਿ ਹੇ ਪਰਮੇਸ਼ਰ, ਤੂੰ ਹੀ ਮੇਰੀ ਮਦਦ ਕਰ ਅਤੇ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਕੋਈ ਨਾ ਕੋਈ ਕੰਮ ਦੇ। ਤਦ ਉਸਦੇ ਦੋਸਤ ਨੇ ਆ ਕੇ ਉਸਨੂੰ ਕਿਹਾ ਕਿ ਇੱਕ ਕੰਪਨੀ 'ਚ ਮੈਂ ਤੇਰੇ ਲਈ ਇੱਕ ਕੰਮ ਲੱਭਾ ਹੈ ਅਤੇ ਤੂੰ ਜਲਦੀ ਜਾ ਅਤੇ ਉਹਨਾਂ ਦੇ ਨਾਲ ਉੱਥੇ ਗੱਲ ਕਰ। ਮੈਂ ਪੁੱਛਿਆ ਕਿ ਕਿਹੜਾ ਕੰਮ ਹੈ? ਉਸਨੇ ਕਿਹਾ, ਕੁਰਸੀ 'ਤੇ ਬੈਠ ਕੇ ਕੰਪਿਊਟਰ ਦਾ ਕੰਮ ਕਰਨਾ ਹੈ। ਮੈਂ ਕਿਹਾ, ਇਹ ਤਾਂ ਮੈਨੂੰ ਨਹੀਂ ਆਉਂਦਾ ਹੈ, ਮੈਨੂੰ ਕੁਝ ਵੀ ਨਹੀਂ ਆਉਂਦਾ। ਉਸਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਤੂੰ ਉਸ ਜਗ੍ਹਾ 'ਤੇ ਜ਼ਰੂਰ ਜਾ ਅਤੇ ਜਾ ਕੇ ਉਹਨਾਂ ਨਾਲ ਇਸ ਬਾਰੇ ਗੱਲ ਕਰ। ਇਸ ਜਵਾਨ ਨੇ ਕਿਹਾ ਕਿ ਮੈਂ ਝਾੜੂ ਮਾਰਨ ਦਾ ਕੰਮ ਕਰ ਸਕਦਾ ਹਾਂ, ਸਾਫ਼ ਸਫਾਈ ਦਾ ਕੰਮ ਕਰ ਸਕਦਾ ਹਾਂ, ਲੇਕਿਨ ਕੰਪਿਊਟਰ ਚਲਾਉਣ ਦਾ ਕੋਈ ਵੀ ਗਿਆਨ ਮੇਰੇ ਕੋਲ ਨਹੀਂ ਹੈ। ਉਸਨੇ ਕਿਹਾ ਕਿ ਹੋਰ ਕੋਈ ਚਾਰਾ ਨਹੀਂ ਹੈ, ਜੇ ਤੂੰ ਇਹ ਕੰਮ ਕਰੇਂਗਾ ਤਾਂ ਹੀ ਤੂੰ ਇਸ ਦੇਸ਼ ਵਿੱਚ ਰਹਿ ਸਕਦਾ ਹੈ, ਇਸ ਕਰਕੇ ਤੂੰ ਜ਼ਰੂਰ ਜਾ। ਤਦ ਇਹ ਭਾਈ ਪ੍ਰਾਰਥਨਾ ਕਰਨ ਲੱਗਾ ਕਿ ਹੇ ਪਰਮੇਸ਼ਰ, ਮੈਨੂੰ ਇਸ ਬਾਰੇ ਕੁਝ ਵੀ ਨਹੀਂ ਆਉਂਦਾ, ਮੇਰੇ ਕੋਲ ਇੰਨੀ ਬੁੱਧ ਨਹੀਂ ਹੈ। ਤਦ ਪਰਮੇਸ਼ਰ ਨੇ ਕਿਹਾ ਕਿ ਤੂੰ ਜਾ, ਮੈਂ ਤੈਨੂੰ ਬੁੱਧ ਪ੍ਰਦਾਨ ਕਰਾਂਗਾ। ਅਤੇ ਤਦ ਇਹ ਨੌਜਵਾਨ ਵਿਸ਼ਵਾਸ ਨਾਲ ਉੱਥੇ ਗਿਆ।
ਉਹ ਜ਼ਿੰਦਗੀ 'ਚ ਪਹਿਲੀ ਵਾਰ ਕੰਪਿਊਟਰ ਦੇ ਸਾਹਮਣੇ ਬੈਠਾ ਅਤੇ ਜਿਹੜਾ ਉਸਦੇ ਕੋਲ ਬੈਠਾ ਸੀ ਉਸਨੂੰ ਕਿਹਾ ਕਿ ਮੈਨੂੰ ਥੋੜ੍ਹਾ ਸਿਖਾ ਦਿਓ ਅਤੇ ਪ੍ਰਾਰਥਨਾ ਕਰਕੇ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਕੰਪਿਊਟਰ ਸਿੱਖ ਕੇ ਉੱਥੇ ਕੰਮ ਕਰਨ ਲੱਗਾ। ਅੱਜ ਉਸ ਸਾਰੀ ਕੰਪਨੀ ਵਿੱਚ ਉਹੀ ਟੀਮ ਲੀਡਰ ਹੈ ਅਤੇ ਉਸਦਾ ਜੋ ਮਹਿਕਮਾ ਹੈ ਉਸ ਸਾਰੇ ਮਹਿਕਮੇ ਦਾ ਉਹ ਆਗੂ ਹੈ। ਉਸਨੇ ਦੱਸਿਆ ਕਿ ਹੁਣ ਜਿਹੜਾ ਵੀ ਉੱਥੇ ਨਵਾਂ ਵਿਅਕਤੀ ਕੰਮ ਕਰਨ ਲਈ ਆਉਂਦਾ ਹੈ ਮੈਂ ਹੀ ਉਸਨੂੰ ਸਿਖਾਉਂਦਾ ਹਾਂ। ਪਰਮੇਸ਼ਰ ਨੇ ਹੀ ਮੈਨੂੰ ਇਸ ਉੱਚੇ ਥਾਂ ਉੱਤੇ ਬਿਠਾਇਆ ਹੈ। ਪਰਮੇਸ਼ਰ ਨੇ ਮੇਰੇ ਨਾਂ ਦੀ ਸੋਭਾ ਵਧਾਈ ਹੈ ਅਤੇ ਉਸਨੇ ਖੁਸ਼ੀ ਦੇ ਹੰਝੂਆਂ ਨਾਲ ਮੈਨੂੰ ਦੱਸਿਆ, ਮੇਰੇ ਪਿਆਰਿਓ, ਯਿਸੂ ਬਹੁਤ ਪਿਆਰ ਕਰਨ ਵਾਲਾ ਹੈ। ਉਹ ਤੁਹਾਡੇ ਸਿਰ ਨੂੰ ਵੀ ਜ਼ਰੂਰ ਉੱਚਾ ਕਰੇਗਾ। ਤੁਸੀਂ ਸੋਚਦੇ ਹੋ ਕਿ ਮੈਂ ਬੁੱਧੀਮਾਨ ਨਹੀਂ ਹਾਂ, ਮੈਨੂੰ ਕੁਝ ਵੀ ਨਹੀਂ ਆਉਂਦਾ। ਤੁਸੀਂ ਸੋਚ ਰਹੇ ਹੋ ਕਿ ਕੌਣ ਮੇਰੀ ਮਦਦ ਕਰੇਗਾ, ਤਾਂ ਪ੍ਰਭੂ ਕਹਿੰਦਾ ਹੈ, ਮੈਂ ਤੁਹਾਨੂੰ ਉੱਚੇ ਸਥਾਨ ਉੱਤੇ ਬਿਠਾਵਾਂਗਾ ਅਤੇ ਸਾਰਾ ਬੁੱਧ ਅਤੇ ਗਿਆਨ ਦਿਆਂਗਾ। ਜੇ ਅੱਜ ਵਿਸ਼ਵਾਸ ਨਾਲ ਅਸੀਂ ਪ੍ਰਭੂ ਨੂੰ ਕਹਾਂਗੇ ਤਾਂ ਪਰਮੇਸ਼ਰ ਜ਼ਰੂਰ ਤੁਹਾਨੂੰ ਉੱਚੇ ਥਾਂ 'ਤੇ ਬਿਠਾਵੇਗਾ ਅਤੇ ਸੋਭਾ ਅਤੇ ਪ੍ਰਸ਼ੰਸਾ ਦੇ ਕੇ ਤੁਹਾਡਾ ਨਾਂ ਉੱਚਾ ਕਰੇਗਾ। ਵਿਸ਼ਵਾਸ ਕਰੋ, ਆਪਣੇ ਬੱਚਿਆਂ ਦੇ ਸੰਬੰਧ ਵਿੱਚ ਵਿਸ਼ਵਾਸ ਕਰੋ, ਪਰਮੇਸ਼ਰ ਉੱਚਾਈਆਂ ਉੱਤੇ ਬਿਠਾਵੇਗਾ। ਇਹ ਪਰਮੇਸ਼ਰ ਤੂੰ ਹੀ ਮੈਨੂੰ ਉੱਚਾ ਕਰਨ ਵਾਲਾ ਅਤੇ ਉੱਨਤੀ ਦੇਣ ਵਾਲਾ ਹੈ। ਤੇਰੀ ਉਸਤਤ ਹੋਵੇ, ਉਸਤਤ ਹੋਵੇ। ਆਮੀਨ, ਆਮੀਨ।